ਇਹ ਨਾ ਜੀ, ਸਾਡੇ ਮਾਨਯੋਗ SSP ਸਾਹਿਬ ਵੱਲੋਂ ਜਿਹੜੀ ਨਸ਼ਿਆਂ ਦੇ ਖਿਲਾਫ ਮੁਹਿੰਮ ਜਿਹੜੀ ਵਿੱਢੀ ਆ ਸਾਡੇ ਮਾਨਯੋਗ SSP ਅਸ਼ਨੀ ਕਟਿਆਲੀ ਖੰਨਾ ਤੋਂ, ਉਹਨਾਂ ਦੀ ਅਗਵਾਈ ਦੇ ਥੱਲੇ ਸਾਡੀ CA ਪਾਰਟੀ ਅਤੇ ਸਾਡੀ ਜਿਹੜੀ ਸਮਰਾਲਾ ਪੁਲਿਸ ਸੀ ਜੁਆਇੰਟ ਆਪਰੇਸ਼ਨ ਦੇ ਦੌਰਾਨ ਜਿਹੜਾ ਇਹ ਗੱਡੀ ਅਸੀਂ ਰੋਕੀ ਹੈ, ਜਿਹਦੇ ਵਿੱਚ ਮੁਹੰਮਦ ਅਲੀ ਉਰਫ ਦਾਨੂ ਪੁੱਤਰ ਗੁਲਾਮ ਜਿਹੜਾ ਇਹ ਚੰਬੇ ਜ਼ਿਲ੍ਹੇ ਦਾ ਰਹਿਣ ਵਾਲਾ ਸੀ, ਜਿਹੜੀ ਬਲੈਰੋ ਪਿਕਅਪ ਰੋਕੀ ਹੈ HP 4747 ਨੰਬਰ ਹੈ ਇਹਦਾ, ਇਹਦੇ ਵਿੱਚੋਂ ਅਪਰੋਕਸੀਮੇਟ 1 ਕੁਇੰਟਲ 98.something ਜਿਹੜੇ ਰੋਡੇ ਰਿਕਵਰ ਹੋਏ ਆ ਸਨ, ਜਿਹੜੇ ਅਸੀਂ ਕਬਜ਼ੇ ਲੱਗਿਆ, ਤਫਤੀਸ਼ ਸਾਡੀ ਜਾਰੀ ਹੈ। ਇਹ ਜਿਹੜੀ ਨਸ਼ਿਆਂ ਦੇ ਵਿਰੁੱਧ ਜਿਹੜੀ ਮੁਹਿੰਮ ਵਿੱਢੀ ਆ ਉਹਦੀ ਖੰਨਾ ਜ਼ਿਲ੍ਹਾ ਦੀ ਸਾਡੀ ਜਿਹੜੀ ਹੈ ਬਹੁਤ ਹੀ ਵੱਡੀ ਕਾਮਯਾਬੀ ਹੈ, ਅਤੇ ਅੱਗੇ ਵੀ ਸਾਡੇ ਜਿਹੜੇ ਮਾਨਯੋਗ SSP ਸਾਹਿਬ ਵੱਲੋਂ ਇਸ ਤਰ੍ਹਾਂ ਹੀ ਆਪਰੇਸ਼ਨ ਚਲਾਏ ਜਾਣਗੇ, ਅਤੇ ਸਾਡੇ SPD ਸਾਹਿਬ ਸੌਰਵ ਜਿੰਦਲ ਸਾਹਿਬ ਉਹਨਾਂ ਦੀ ਅਗਵਾਈ ਦੇ ਵਿੱਚ ਸਾਡੇ CA ਇੰਚਾਰਜ, ਇਹ ਬਹੁਤ ਹੀ ਵੱਡੀ ਉਪਲਬਧੀ ਹੈ ਜਿਹੜੀ ਐਡੀ ਵੱਡੀ ਮਾਤਰਾ ਦੇ ਵਿੱਚ ਜਿਹੜੀ ਹੈ ਡੋਡੇ ਜਿਹੜੇ ਫੜੇ। ਗੱਡੀ ਨੰਬਰ ਕਿੰਨਾ ਜੀ ਅਤੇ ਟੋਟਲ ਜਿਹੜੀ ਅਮਾਊਂਟ ਆ ਉਹ ਕਿੰਨੀ ਹੈ? ਸੇਬਾਂ ਵਾਲੀ ਗੱਡੀ ਨੂੰ ਇਹ ਸੇਬਾਂ ਦੀ ਜਿਹੜੀ ਬਲੈਰੋ ਪਿਕਅਪ ਹੈ ਉਹਦੇ ਵਿੱਚ ਇਹ 10 ਬੋਰੀਆਂ ਜਿਹੜੀਆਂ ਥੈਲਿਆਂ ਦੇ ਵਿੱਚ ਪਾਈ ਗਈ ਸੀ। ਗੱਡੀ ਦਾ ਨੰਬਰ HP 4747 ਹੈ, 1589 ਹੈ, ਬਲੈਰੋ ਪਿਕਅਪ। ਪਿੱਛੇ ਜਿਹੜੇ ਇਹਦੇ ਵਿੱਚ ਮੋਟਰ ਸਪਰੈਂਡੀ ਸੀ, ਪਿੱਛੇ ਸੇਬ ਭਰੇ ਹੋਏ ਸੀ, ਉਹਦੇ ਅਗਲੇ ਪਾਸੇ ਜਿਹੜੀ ਰੋਡਿਆਂ ਦੀਆਂ ਬੋਰੀਆਂ ਸੀ ਨੇ ਭਰੀਆਂ। ਸਰ ਕਿੱਥੇ ਲੈ ਕੇ ਜਾ ਰਹੇ ਸੀ, ਕੁਛ ਦੱਸਿਆ ਨੇ? ਇਹ ਤਫਤੀਸ਼ ਦਾ ਪਾਰਟ ਹੈ, ਅਜੇ ਤਾਂ ਅਸੀਂ ਘੰਟਾ ਇੱਕ ਪਹਿਲਾਂ ਫੜੀ ਹੈ, ਰੁਕੇ ਆ, ਸਾਡੀ ਤਫਤੀਸ਼ ਗੋਇੰਗ ਆਨ ਹੈ, ਉਹ ਤੋਂ ਬਾਅਦ ਇਹਦੇ ਬਾਰੇ ਡਿਸਕਲੋਜ਼ ਕੀਤਾ। ਲੈ ਕੇ ਕਿੱਥੋਂ ਆ ਰਹੇ ਸੀ ਜੀ? 25 ਚੰਬੇ ਪਿੰਡ ਤੋਂ, ਚੰਬਾ ਜ਼ਿਲ੍ਹਾ ਹਿਮਾਚਲ ਪ੍ਰਦੇਸ਼। ਕੋਈ ਡਰੱਗ ਮਨੀ ਵਗੈਰਾ ਬਰਾਮਦ ਹੋਈ ਹੈ? ਨਹੀਂ ਨਹੀਂ ਹਜੇ ਨਹੀਂ, ਅਜੇ ਅਸੀਂ ਸਾਡੀ ਤਫਤੀਸ਼ ਗੋਇੰਗ ਆਨ।